मजदूर संघर्ष कमेटी वालों पूरे ਜ਼ਿਲ੍ਹੇ 'ਚ ਅੰਮ੍ਰਿਤਸਰ ਇਸੇ ਤਰ੍ਹਾਂ ਤਰਨ ਤਾਰਨ ਦੇ ਵਿੱਚ ਦਿੱਲੀ ਦੀਆਂ ਤਿਆਰੀਆਂ ਦੀ ਪੂਰੀ ਜੰਗੀ ਪੱਧਰ 'ਤੇ ਤਿਆਰੀ ਹੋ ਰਹੀ ਆ ਪੂਰੇ ਸਿਖਰਾਂ 'ਤੇ ਪ੍ਰੋਗਰਾਮ ਚੱਲ ਰਿਹਾ ਆ ਤਰਸਿੱਕਾ ਜੋਨ ਇਹ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਮਹਿਤੇ ਦੇ ਲਾਗੇ ਇਲਾਕਾ ਲੱਗਦਾ ਸੋ ਇਹਦੇ ਵਿੱਚ ਬਹੁਤ ਵੱਡਾ ਇਕੱਠ ਤੁਸੀਂ ਵੇਖ ਰਹੇ ਹੋ ਬਹੁਤ ਵੱਡੇ ਪੱਧਰ 'ਤੇ ਪਿੰਡਾਂ ਤੋਂ ਕਿਸਾਨ ਮਜ਼ਦੂਰ ਇੱਥੇ ਆ ਕੇ ਪਹੁੰਚੇ ਆ ਸੋ ਦਿੱਲੀ ਦੀਆਂ ਤਿਆਰੀਆਂ ਪੂਰੀ ਜ਼ੋਰਾਂ ਨਾਲ ਚੱਲ ਰਹੀਆਂ ਸੋ ਪਿੰਡਾਂ 'ਚੋਂ ਟਰੈਕਟਰ ਟਰਾਲੀਆਂ ਰਸਤ ਬਸਤਾ ਲੈ ਕੇ ਦਿੱਲੀ ਨੂੰ ਰਵਾਨਾ ਹੋਣਾ ਸੋ ਆਪਣਾ ਜਿਹੜਾ ਰੇਲ ਰੋਕੋ ਅੰਦੋਲਨ ਆ ਉਹ ਅੱਜ 56ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਅਤੇ ਉਹ ਉਸੇ ਤਰੀਕੇ ਨਾਲ ਜਿਹੜਾ ਰੇਲ ਟਰੈਕ ਦੇ ਲਾਗੇ ਖੁੱਲ੍ਹੀ ਗਰਾਊਂਡ ਆ ਜੰਡਿਆਲਾ ਗੁਰੂ ਉੱਥੇ ਚੱਲ ਰਿਹਾ ਵਾ ਅਤੇ ਉਹ ਆਪਣੇ ਹਿਸਾਬ ਨਾਲ ਜਿਹੜੇ ਟੋਲ ਪਲਾਜ਼ਿਆਂ 'ਤੇ ਮੋਰਚੇ ਆ ਜਾਂ ਸ਼ਾਪਿੰਗ ਮਾਲ 'ਤੇ ਕਪੂਰਥਲੇ ਵਿੱਚ ਮੋਰਚਾ ਵਾ ਉਹ ਵੀ ਸਾਡਾ ਚੱਲ ਰਿਹਾ ਵਾ ਇਸੇ ਤਰ੍ਹਾਂ ਦਿੱਲੀ ਦੀ ਤਿਆਰੀ ਪੂਰੀ ਸਿਖਰਾਂ 'ਤੇ ਆ ਸੋ ਇਸ ਕਰਕੇ ਜਿਸ ਕਿਸਮ ਦਾ ਰਵੱਈਆ ਕੇਂਦਰ ਸਰਕਾਰ ਦਾ ਵਾ ਇਹਨੂੰ ਧਿਆਨ ਵਿੱਚ ਰੱਖਦਿਆਂ ਆਮ ਜਨਤਾ ਨੂੰ ਅਪੀਲ ਆ ਵੀ ਉਹ ਪਿੰਡ ਪਿੰਡ ਘਰ ਘਰ ਇਹ ਗੱਲ ਪਹੁੰਚਾ ਕੇ ਪੂਰੇ ਜ਼ੋਰ ਸ਼ੋਰ ਨਾਲ ਤਿਆਰੀ ਕਰੋ ਤਾਂ ਜੋ ਹਜ਼ਾਰਾਂ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜਾ ਵਾ ਉਹ ਇੱਥੋਂ ਪਿੰਡਾਂ 'ਚੋਂ ਕਿਸਾਨਾਂ ਮਜ਼ਦੂਰਾਂ ਨੂੰ ਦਿੱਲੀ ਵੱਲ ਨੂੰ ਰਵਾਨਾ ਕੀਤਾ ਜਾ ਸਕੇ ਅਤੇ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਖੇਤੀ ਦੇ 3 ਬਿੱਲ ਵਾਪਸ ਨਹੀਂ ਲੈਂਦੀ ਬਿਜਲੀ ਸੋਧ ਬਿੱਲ ਆ ਅਤੇ ਜਿਹੜਾ ਕਰਜ਼ੇ ਵਿੱਚ ਆਪਣਾ ਵਿਆਜ ਵਿੱਚ ਛੂਟਾਂ ਮਿਲਦੀਆਂ ਸੀ ਪੰਜਾਬ ਦੀਆਂ ਉਹਦੇ ਹੱਕ ਮਾਰ ਲਏ ਗਏ ਆ ਇਹ ਇਹਦੋਂ ਕਾ ਪਰਾਲੀ ਵਾਲਾ ਐਕਟ ਆ ਸਾਡਾ ਇਹਦੇ ਨਾਲ ਨਾਲ ਪੰਜਾਬ ਦੀ ਜਿਹੜੀ ਆਰਥਿਕ ਨਾਕੇਬੰਦੀ ਆ ਉਹ ਜਿਹੜੀ ਆ ਉਹ ਬੰਦ ਨਹੀਂ ਕੀਤੀ ਜਾਂਦੀ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਦੋਵੇਂ ਪੰਜਾਬ ਦੇ ਕਿਸਾਨਾਂ ਨੂੰ ਮਾਰੀ ਆ ਮਾਰੂ ਨੇ ਤਾਂ ਕਿਤੇ ਭੁਲੇਖਾ ਨਾ ਰੱਖਿਓ ਸੋ ਇਸ ਕਰਕੇ ਆਪਾਂ ਦਿੱਲੀ ਦੀਆਂ ਤਿਆਰੀਆਂ ਪੂਰੀਆਂ ਜ਼ੋਰਾਂ ਸ਼ੋਰਾਂ 'ਚ ਕਰਨੀਆਂ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਮੂੰਹ ਤੋੜਵਾਂ ਜਵਾਬ ਦੇਣਾ ਅਤੇ ਖੇਤੀ ਦੇ ਕਾਨੂੰਨ 3 ਰੱਦ ਕਰਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਰ ਦਿਓ ਬਾਅਦ